हाँ जी, वाहिगुरु जी का खालसा, वाहिगुरु जी की फतेह। सो इस वीडियो में असं गल करांगे प्रेजिडेंट जो बाइडन ने 4 ट्रिलियन डॉलर का बिल जिहड़ा लैके आंदा हैगा, सो की है उस बिल दे विच, फोर्थ स्टिमुलस चैक उहदे विच ऐड है जां नहीं है। दूसरे नंबर ते गल करांगे प्रेजिडेंट जो बाइडन ने जो US कांग्रेस दे दोनों सदनां नूं स्पीच दित्ती हैगी है, संबोधन करदे हुए इन्हां ने इमीग्रेशन दे बारे उन्हां नूं की किया हैगा उहदे बारे वी असीं गल करांगे। Immigration has always been essential to America. Let's end our exhausting war over immigration. For more than 30 years, politicians have talked about immigration reform, and we've done nothing about it. It's time to fix it. On day one of my presidency, I kept my commitment to send a comprehensive immigration bill to the United States Congress. If you believe we need to secure the border, pass it, because it has a lot of money for high-tech border security. If you believe in a pathway to citizenship, pass it. It's over 11 million undocumented folks, the vast majority of here overstaying visas. Pass it. ਇਹ ਸਨ ਪ੍ਰੈਜ਼ੀਡੈਂਟ ਜੋ ਬਾਇਡਨ ਜੋ ਕਿ US ਕਾਂਗਰਸ ਦੇ ਦੋਨੋਂ ਸਦਨ ਹਾਊਸ ਆਫ ਰੀਪ੍ਰੈਜ਼ੈਂਟੇਟਿਵ ਅਤੇ US ਸੈਨੇਟ ਨੂੰ ਪਹਿਲੀ ਵਾਰ ਸੰਬੋਧਨ ਕਰ ਰਹੇ ਸਨ। ਜੁਆਇੰਟ ਸੈਸ਼ਨ ਦੇ ਵਿੱਚ ਇਹਨਾਂ ਨੇ ਪਹਿਲੀ ਵਾਰ ਜੋ ਸਪੀਚ ਦਿੱਤੀ ਹੈਗੀ ਹੈ, ਇਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਕਿ ਇਮੀਗ੍ਰੇਸ਼ਨ ਦਾ ਬਿੱਲ ਜਿਹੜਾ ਇਹਨਾਂ ਨੇ US ਕਾਂਗਰਸ ਨੂੰ ਭੇਜਿਆ ਹੈਗਾ, ਜਿਹਦੇ ਵਿੱਚ 11 ਮਿਲੀਅਨ ਅਨਡਾਕੂਮੈਂਟ ਲੋਕਾਂ ਨੂੰ ਪੱਕੇ ਕਰਨ ਵਾਸਤੇ ਕਿਹਾ ਹੈਗਾ, ਉਸ ਬਿੱਲ ਨੂੰ ਪਾਸ ਕੀਤਾ ਜਾਵੇ, ਕਿਉਂਕਿ ਇਮੀਗ੍ਰੇਂਟ ਜੋ ਹੈ ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਚੱਲਦੇ USA ਦੇ ਵਾਸਤੇ ਕਾਫੀ ਕੁਝ ਕੀਤਾ ਹੈਗਾ, USA ਦੀ ਇਕੋਨਮੀ ਨੂੰ ਸੁਧਾਰਨ ਦੇ ਵਾਸਤੇ, ਸਹੀ ਕਰਨ ਦੇ ਵਾਸਤੇ ਇਮੀਗ੍ਰੇਂਟ ਜਿਹੜੇ ਹੈਗੇ ਆ ਇਹਨਾਂ ਦਾ ਬਹੁਤ ਹੀ ਵੱਡਾ ਰੋਲ ਹੈਗਾ ਵੈ। ਪੋਲੀਟੀਸ਼ੀਅਨ ਜੋ ਕਿ ਪਿਛਲੇ 30 ਸਾਲਾਂ ਤੋਂ ਲਗਾਤਾਰ ਇਮੀਗ੍ਰੇਸ਼ਨ ਰਿਫੋਰਮ ਦੀ ਗੱਲ ਕਰ ਰਹੇ ਹੈਗੇ ਆ, ਪਰ ਉਹਨਾਂ ਨੇ ਅਜੇ ਤੱਕ ਕੁਛ ਨਹੀਂ ਕੀਤਾ। ਸੋ ਇਹਨਾਂ ਦਾ ਕਹਿਣਾ ਹੈ ਕਿ ਪ੍ਰੈਜੀਡੈਂਟ ਬਣਨ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਕਮਿਟਮੈਂਟ ਕੀਤਾ ਸੀ, ਕਿਹਾ ਸੀ ਕਿ ਇਮੀਗ੍ਰੇਸ਼ਨ ਦਾ ਬਿੱਲ ਇਹ ਲੈ ਕੇ ਆਉਣਗੇ, ਸੋ ਪਹਿਲੇ ਦਿਨ ਹੀ ਇਹਨਾਂ ਨੇ ਇਮੀਗ੍ਰੇਸ਼ਨ ਦਾ ਬਿੱਲ US ਕਾਂਗਰਸ ਨੂੰ ਭੇਜ ਦਿੱਤਾ ਸੀ। ਸੋ ਹੁਣ US ਕਾਂਗਰਸ ਦੀ ਵਾਰੀ ਹੈਗੀ ਹੈ ਕਿ ਉਹ ਇਹ ਇਮੀਗ੍ਰੇਸ਼ਨ ਦੇ ਬਿੱਲ ਨੂੰ ਪਾਸ ਕਰਾਵੇ। ਅਗਲੀ ਗੱਲ ਕਰਦੇ ਹਾਂ 4 ਟ੍ਰਿਲੀਅਨ ਡਾਲਰ ਦਾ ਬਿੱਲ ਜਿਹੜਾ ਇਹਨਾਂ ਨੇ US ਕਾਂਗਰਸ ਦੇ ਅੱਗੇ ਰੱਖਿਆ ਹੈਗਾ। ਇਸ ਬਿੱਲ ਦੇ ਦੋ ਪਾਰਟ ਹੈਗੇ ਆ। ਪਹਿਲਾ ਜਿਹੜਾ ਪਾਰਟ ਹੈਗਾ ਵੈ ਉਹ ਹੈਗਾ ਵੈ ਇਨਫਰਾਸਟ੍ਰਕਚਰ ਦੇ ਵਾਸਤੇ, ਜੋ ਕਿ $2 ਟ੍ਰਿਲੀਅਨ ਦਾ ਹੈਗਾ। ਇਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਕਿ ਇਨਫਰਾਸਟ੍ਰਕਚਰ ਨੂੰ ਇਹ ਰੀਬਿਲਡ ਕਰਨਗੇ, ਮਤਲਬ ਇਹਨਾਂ ਨੇ ਕਿਹਾ ਹੈਗਾ ਕਿ 20,000 miles ਰੋਡ ਜਿਹੜਾ ਹੈਗਾ ਉਹਨੂੰ ਇਹ ਫਿਕਸ ਕਰਾਉਣਗੇ, 10,000 bridges ਜਿਹੜੇ ਹੈਗੇ ਆ ਉਹਨਾਂ ਨੂੰ ਇਹ ਰਿਪੇਅਰ ਕਰਨਗੇ, ਸਕੂਲ ਕਾਲਜ ਰੇਲ ਰੋਡ ਸਾਰਾ ਜਿਹੜਾ ਵੀ ਇਨਫਰਾਸਟ੍ਰਕਚਰ ਦੇ ਵਿੱਚ ਆ ਜਾਂਦਾ ਹੈਗਾ ਉਹ $2 ਟ੍ਰਿਲੀਅਨ ਜੋ ਹੈ ਉਹਦੇ ਵਾਸਤੇ ਇਹ ਜੋ ਹੈ ਯੂਜ਼ ਕਰਨਗੇ। ਦੂਸਰਾ ਜਿਹੜਾ ਪਾਰਟ ਹੈਗਾ ਇਸ ਬਿੱਲ ਦਾ ਉਹ ਹੈਗਾ ਵੈ ਅਮੈਰੀਕਨ ਫੈਮਿਲੀ ਪਲਾਨ, ਜੋ ਕਿ $1.8 ਟ੍ਰਿਲੀਅਨ ਦਾ ਹੈਗਾ। ਇਹਦੇ ਵਿੱਚ ਇਹਨਾਂ ਨੇ ਅਮੈਰੀਕਨ ਫੈਮਿਲੀਸ ਬੱਚਿਆਂ ਨੂੰ ਅਤੇ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਵਾਸਤੇ ਇਹ ਜਿਹੜਾ ਪਲਾਨ ਲਿਆਂਦਾ ਹੈਗਾ। ਸੋ ਕਾਫੀ ਕੁਛ ਕਾਫੀ ਲੰਬਾ ਚੌੜਾ ਜਿਹੜਾ ਪਲਾਨ ਹੈਗਾ, ਪਰ ਜਿਹੜੀਆਂ ਮੇਨ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਪਹਿਲੇ ਨੰਬਰ 'ਤੇ ਇਹਨਾਂ ਨੇ ਕਿਹਾ ਹੈਗਾ ਕਿ ਚਾਈਲਡ ਟੈਕਸ ਕ੍ਰੈਡਿਟ ਜਿਹੜਾ ਹੈਗਾ ਇਹ 2025 ਤੱਕ ਉਹਨੂੰ ਵਧਾ ਕੇ ਦੇਣਗੇ, ਜਿਵੇਂ ਇਹਨਾਂ ਨੇ 3rd ਸਟਿਮੂਲਸ ਪੈਕੇਜ ਜਿਹੜਾ ਪਾਸ ਕੀਤਾ ਸੀ, ਜਿਹਦੇ ਵਿੱਚ ਇਹਨਾਂ ਨੇ ਚਾਈਲਡ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹਨੂੰ 1 ਸਾਲ ਤੱਕ ਵਧਾਇਆ ਸੀ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਜੇਕਰ ਤੁਹਾਡੇ ਬੱਚੇ ਦੀ ਉਮਰ 6 ਸਾਲ ਤੋਂ ਘੱਟ ਹੈਗੀ ਆ ਤਾਂ ਉਹਦਾ ਤੁਹਾਨੂੰ $3600 ਮਿਲੂਗਾ, ਜੇਕਰ ਬੱਚੇ ਦੀ ਉਮਰ 6 ਸਾਲ ਤੋਂ ਲੈ ਕੇ 17 ਸਾਲ ਦੇ ਵਿੱਚ ਹੈਗੀ ਆ ਤਾਂ ਉਹਦਾ ਤੁਹਾਨੂੰ $3000 ਚਾਈਲਡ ਟੈਕਸ ਕ੍ਰੈਡਿਟ ਜਿਹੜਾ ਹੈਗਾ ਇਹ ਵਧਾ ਕੇ ਦੇਣਗੇ 1 ਸਾਲ ਤੱਕ। ਪਰ ਇਸ ਪੈਕੇਜ ਦੇ ਵਿੱਚ, ਇਸ ਪਲਾਨ ਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਕਿ ਚਾਈਲਡ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹਨੂੰ 2025 ਤੱਕ ਜੋ ਹੈ ਵਧਾ ਕੇ ਦਿੱਤਾ ਜਾਊਗਾ। ਦੂਸਰੇ ਨੰਬਰ 'ਤੇ ਇਹਨਾਂ ਨੇ ਕਿਹਾ ਹੈਗਾ ਕਿ ਹਾਈ ਸਕੂਲ ਗ੍ਰੈਜੂਏਟ ਜਿਹੜੇ ਹੈਗੇ ਆ, ਸਟੂਡੈਂਟ ਜਿਹੜੇ ਹੈਗੇ ਆ, ਉਹਨਾਂ ਨੂੰ ਪਹਿਲੇ 2 ਸਾਲ ਤੱਕ ਕਮਿਊਨਿਟੀ ਕਾਲਜ ਟਿਊਸ਼ਨ ਜਿਹੜੀ ਹੈਗੀ ਹੈ ਉਹ ਫ੍ਰੀ ਕੀਤੀ ਜਾਊਗੀ। ਅੱਗੇ ਇਹਨਾਂ ਨੇ ਕਿਹਾ ਹੈਗਾ ਕਿ ਪ੍ਰੀ ਕਿੰਡਰ ਗਾਰਡਨ ਜਿਹੜੀ ਸਟੱਡੀ ਜਿਹੜੀ ਹੈਗੀ ਹੈ, 3 ਜਾਂ 4 ਸਾਲ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਪ੍ਰੀ ਕੇ ਐਜੂਕੇਸ਼ਨ ਫ੍ਰੀ ਦਿੱਤੀ ਜਾਊਗੀ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੈਗਾ ਕਿ ਵਰਕਿੰਗ ਫੈਮਿਲੀ ਜਿਹੜੀ ਹੈਗੀ ਆ, ਜਿਹੜੇ ਪਰਿਵਾਰ ਵੀ ਕੰਮ ਕਾਰ ਕਰਦੇ ਹੈਗੇ ਆ, ਉਹਨਾਂ ਦੇ ਬੱਚਿਆਂ ਦੇ ਵਾਸਤੇ ਚਾਈਲਡ ਕੇਅਰ ਜਿਹੜਾ ਹੈਗਾ ਵੈ ਉਹਨੂੰ ਅਫੋਰਡੇਬਲ ਬਣਾਇਆ ਜਾਊਗਾ, ਉਹਨਾਂ ਨੂੰ ਟੈਕਸ ਕ੍ਰੈਡਿਟ ਦਿੱਤੇ ਜਾਣਗੇ ਤਾਂ ਜੋ ਚਾਈਲਡ ਕੇਅਰ ਜਿਹੜਾ ਹੈਗਾ ਵੈ ਮੋਰ ਅਫੋਰਡੇਬਲ ਬਣ ਸਕੇ ਉਹਨਾਂ ਦੇ ਵਾਸਤੇ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੈਗਾ ਕਿ ਫੈਮਿਲੀ ਲੀਵ ਅਤੇ ਮੈਡੀਕਲ ਲੀਵ ਜਿਹੜੀ ਹੈਗੀ ਹੈ ਉਹ 12 ਹਫ਼ਤਿਆਂ ਤੱਕ ਪੇਡ ਹੋਵੇਗੀ। ਸੋ ਇਹ ਕੁਛ ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸੀਆਂ ਹੈਗੀਆਂ ਅਮੈਰੀਕਨ ਫੈਮਿਲੀ ਪਲਾਨ ਦੇ ਵਿੱਚ ਜਿਹੜੀਆਂ ਹੈਗੀਆਂ ਵੈ। ਬਾਕੀ ਫੋਰਥ ਸਟਿਮੂਲਸ ਚੈੱਕ ਦੀ ਜੇਕਰ ਗੱਲ ਕਰੀਏ ਤਾਂ ਉਹ ਇਹਨਾਂ ਨੇ ਇਸ ਬਿੱਲ ਦੇ ਵਿੱਚ ਐਡ ਨਹੀਂ ਕੀਤਾ ਹੈਗਾ। ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਵਾਸਤੇ ਇਹ ਅਲੱਗ ਬਿੱਲ ਲੈ ਕੇ ਆਉਣ, ਕਿਉਂਕਿ ਜਿਵੇਂ ਕਿ ਲਗਾਤਾਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ 52 ਹਾਊਸ ਆਫ ਰੀਪ੍ਰੈਜੈਂਟੇਟਿਵ ਅਤੇ 21 ਸੈਨੇਟਰ ਜਿਹੜੇ ਹੈਗੇ ਆ ਉਹ ਫੋਰਥ ਸਟਿਮੂਲਸ ਚੈੱਕ ਦੀ ਸਪੋਰਟ ਕਰ ਰਹੇ ਹੈਗੇ ਆ। ਬਾਕੀ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ
ਫੋਰਥ ਸਟਿਮੂਲਸ ਚੈੱਕ ਨੂੰ ਲੈ ਕੇ ਕੀ ਅਪਡੇਟ ਆਉਂਦੀ ਹੈਗੀ ਹੈ ਉਹ ਤੁਹਾਨੂੰ ਲਗਾਤਾਰ ਅਸੀਂ ਦਿੰਦੇ ਰਹਾਂਗੇ। ਸੋ ਅੱਜ ਵਾਸਤੇ ਇੰਨਾ ਹੀ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।